ਸਰਦਾਰ ਜੋਗਿੰਦਰ ਸਿੰਘ ਜੀ, ਅਸੀਂ ਸਾਡੇ ਦੋਹਤੇ ਆ ਜੀ। ਬਹੁਤ ਵਧੀਆ ਕੀਤਾ ਜੀ, ਬਹੁਤ ਵਧੀਆ। ਸਾਡੇ ਵਾਸਤੇ ਨੀ, ਇਹਨਾਂ ਇੰਡੀਆ ਵਾਸਤੇ ਕੀਤਾ ਵਾ। ਸਾਡੇ ਜੋ ਸਵਾਦ ਆ ਜਾਂਦੇ ਆਉਣ ਵਾਲੇ, ਯਾਰ ਸਾਡੇ ਨਾਲ ਨਹੀਂ ਹੋਦਾ ਕਿਤੇ, ਸਾਡਾ ਦੋਹਤਾ ਹੀ ਆ ਤੇ ਦੋਹਤਾ ਰਹਿਣਾ ਉਹਨੇ, ਤੇ ਛੋਟਾ ਹੀ ਬੱਚਾ ਸਾਡੇ ਵਾਸਤੇ ਛੋਟਾ ਹੀ ਆ ਜੀ। ਹਾਂਜੀ ਹਾਂਜੀ, ਭਾਵੇਂ ਉਸ ਕਿੰਨਾ ਸਤਾਰ ਤਗੜਾ ਨਾ, ਸਾਡੇ ਵਾਸਤੇ ਛੋਟਾ ਬੱਚਾ। ਬਹੁਤ ਬਹੁਤ ਵਧਾਈਆਂ, ਸਵੇਰ ਦੀਆਂ ਵਧਾਈਆਂ ਮਿਲਦੀਆਂ ਬਹੁਤ ਜ਼ਿਆਦੀਆਂ। ਅਸੀਂ ਸਕੂਲੇ ਚਲੇ ਜਾਂਦੇ ਹਾਂ ਗਰਾਊਂਡ ਦੇ ਵਿੱਚ, ਉਹਨੇ ਆਖਣਾ ਉਹ ਪਾਪਾ ਜੀ ਮੇਰੇ ਨਾਲ ਚੱਲੋ, ਉੱਥੇ ਮੁੰਡਿਆਂ ਨਾਲ ਮੈਨੂੰ ਖੜਾ ਕੇ ਆਓ। ਮੈਂ ਉੱਥੇ ਆਖਣਾ ਯਾਰ ਇਹਨੂੰ ਨਾਲ ਖੜਾਇਓ ਘੜੀ ਕ, ਉੱਥੇ ਖੇਡ ਕੇ ਜਾਣਾ। ਇੱਥੇ ਬਹੁਤ ਮੁੰਡੇ ਵਾਕਫ ਆ, ਇੱਥੇ ਬਹੁਤ ਸਾਨੂੰ ਹੁਣ ਪੁੱਛਦੇ ਜੀ ਵੀ ਅਕਸ਼ਦੀਪ ਕਦੋਂ ਆਇਆ, ਕਦੋਂ ਕਹਿੰਦੇ ਆਉਣਾ। ਅਸੀਂ ਕਹਿੰਦੇ ਵੀ ਹੁਣ ਨੀ ਟਾਈਮ ਲੱਗਦਾ, ਹੁਣ ਬਿਜੀ ਚੱਲ ਰਿਹਾ। ਰਾਤੀ ਮੈਂ ਤਾਂ ਵੇਖਿਆ ਨੀ ਜੀ, ਦੋ ਓਵਰ ਛੱਡ ਦਿੱਤੇ। ਅਸੀਂ ਹੈ ਸਾਡਾ ਬੀਬੀ ਵੱਧ ਗਿਆ ਮੁੜ ਕੇ, ਪੰਜਾਬ ਨੂੰ ਰਾਤ ਫੜੇ ਫਿਰਾ ਕੇ। ਅਸੀਂ ਤਾਂ ਪੁੱਛਦੇ ਰਹੇ ਆਪਣੇ ਬੇਟੇ ਨੂੰ ਵੀ ਹਾਂ ਕੀ ਬਣਿਆ ਕੀ ਬਣਿਆ। ਉਹ ਇੱਕ ਰਾਂ ਦਾ ਬਰਾਬਰ ਜੇ ਜਾਣ ਦੇ ਆ, ਮੈਂ ਕਿਹਾ ਵੀ ਹੱਦ ਹੋ ਗਈ, ਚਲੋ ਕੋਈ ਗੱਲ ਨੀ। ਫਿਰ ਮੁੜ ਕੇ ਜਾ ਕੇ ਮੈਨੂੰ ਦੱਸਿਆ ਤਾਂ ਵੀ ਇੰਡੀਆ ਨੇ ਮੈਚ ਜਿੱਤ ਲਿਆ। ਮੈਂ ਕਿਹਾ ਬਹੁਤ ਵਧੀਆ, ਚਲੋ ਮੁੜ ਕੇ ਨੀਂਦ ਵਧੀਆ ਆ ਗਈ। ਚਲੋ ਬੜੀ ਵਧੀਆ ਆਉਂਦੀ ਨਹੀਂ ਸੀ ਤੇ ਦਹਿ ਹਮ ਕੀ ਬੜਿਆ ਵੀ ਜਿੱਤੇ ਜਿੱਤੇ ਹਾਰ ਰਹੇ ਆ, ਤੇ ਇਸ ਕਰਕੇ ਫਿਰ ਬਹੁਤ ਵਧੀਆ ਹੋਇਆ। ਮਹਾਰਾਜ ਨੇ ਬੜੀ ਕਿਰਪਾ, ਕਿਰਪਾ ਤਾਂ ਮਹਾਰਾਜ ਦੀ ਆ। ਮੇਰਾ ਨਾਂ ਕਿਰਨਦੀਪ ਹੈ, ਮੈਂ ਅਰਸ਼ ਦੀ ਮਾਮੀ ਆ। ਅਰਸ਼ ਮੇਰਾ ਦੋਤ ਹੈ, ਤੇ ਅਰਸ਼ ਬਹੁਤ ਵਧੀਆ, ਰਾਤੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ, ਇੰਡੀਆ ਜਿੱਤਿਆ, ਇੰਡੀਆ ਦੀ ਝੋਲੀ ਟਰੋਫੀ ਪਾਈ ਆ। ਵਾਹਿਗੁਰੂ ਦੀ ਬੜੀ ਕਿਰਪਾ, ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ, ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ। ਹਾਂਜੀ, ਇੱਕ ਇਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ, ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਜ਼ ਕਿੰਗ, ਤੇ ਸਹੀ ਗੱਲ। ਵਾਹਿਗੁਰੂ ਤੇ ਸਦਾ ਕਿਰਪਾ ਰੱਖਿਓ, ਸਿੱਖੀ ਸਰੂਪ ਆ ਤੇ ਸਦਾ ਉਹ ਇਸ ਤਰ੍ਹਾਂ ਹੀ ਰਵੇ, ਚੜ੍ਹਦੀ ਕਲਾ ਚ ਰਵੇ। ਜਦੋਂ ਸਾਡੇ ਕੋਲ ਆਉਂਦਾ ਉਹਦਾ ਸੁਭਾਅ ਬਹੁਤ ਵਧੀਆ, ਸਭ ਨੂੰ ਹਾਸਾ ਮਜ਼ਾਕ, ਖੁਸ਼ ਹੋ ਕੇ ਮਿਲਣਾ। ਐ ਨੀ ਕਰਨਾ ਵੀ ਤੁਸੀਂ ਦੇਖੋ ਅੱਜ ਉਹ ਇੰਡੀਆ ਟੀਮ ਚ ਖੇਡ ਰਿਹਾ, ਅਗਰ ਇੱਥੇ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ, ਤੁਹਾਨੂੰ ਨੀ ਪਤਾ ਲੱਗੇਗਾ ਵੀ ਉਹ ਇੰਡੀਆ ਟੀਮ ਚ ਖੇਡਦਾ, ਇੰਨਾ ਵੱਡਾ ਖਿਡਾਰੀ ਆ। ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ, ਬੜਾ ਮਾਣ ਮਹਿਸੂਸ ਹੁੰਦਾ। ਜਾਈਦਾ ਸਕੂਲ, ਜਾਈਦਾ ਸਕੂਲ ਦੇ ਜਦੋਂ ਜਾਈਦਾ ਬੱਚੇ ਆਉਂਦੇ ਨੇ, ਮੈਡਮ ਤੁਹਾਡੇ ਬੇਟੇ ਨੇ ਅੱਜ ਇੱਦਾਂ ਕੀਤਾ, ਮੈਡਮ ਤੁਹਾਡੇ ਬੇਟੇ ਨੇ ਇੱਦਾਂ ਖੇਲਿਆ, ਬੜਾ ਚੰਗਾ ਲੱਗਦਾ। ਹੁਣ ਜਿਵੇਂ ਸਾਡੀਆਂ ਸਕੂਲ ਗੇਮ ਸਟਾਰਟ ਹੋ ਜਾਣੀਆਂ ਨੇ, ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉੱਥੇ ਡੀਪੀ ਪੀਟੀ ਲੈਕਚਰ ਇਕੱਠੇ ਹੋਣੇ, ਸਾਰਿਆਂ ਨੇ ਵਧਾਈਆਂ ਦੇਣੀਆਂ, ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ, ਹਨਾ। ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰੇ ਤੋਂ ਵਧਾਈਆਂ ਮਿਲਦੀਆਂ ਨੇ, ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ, ਲੱਡੂ ਵੰਡ ਰਹੇ ਆ। ਤੇ ਅਸੀਂ ਕਹਿੰਦੇ ਹਾਂ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ ਚ ਰੱਖੇ, ਸਦਾ ਤਰੱਕੀਆਂ ਬਖਸ਼ੇ, ਅਸੀਂ ਲੱਡੂ ਵੰਡਦੇ ਰਹੀਏ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਂ ਲਵਪ੍ਰੀਤ ਸਿੰਘ, ਮੈਂ ਅਰਸ਼ਦੀਪ ਦਾ ਮਾਮਾ। ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ, ਬੜਾ ਪੰਜਾਬ ਦੇ ਵਿੱਚ, ਸਾਰੇ ਦੁਨੀਆ ਦੇ ਵਿੱਚ, ਸਿੱਖ ਜਗਤ ਦੇ ਵਿੱਚ, ਸਾਰਿਆਂ ਦੇ ਵਿੱਚ ਨਾਮ ਰੋਸ਼ਨ ਕੀਤਾ ਉਹਨੇ। ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ਕ੍ਰਿਕਟ ਦੇ ਵੱਲ, ਉਹਨੇ ਸ਼ੁਰੂ ਤੋਂ ਹੀ ਆਪਣਾ ਕ੍ਰਿਕਟ ਨੂੰ ਇੱਕ ਜਨੂੰਨ ਦੀ ਤਰ੍ਹਾਂ ਲਿਆ, ਤੇ ਅੱਜ ਜਿਸ ਮੁਕਾਮ ਤੇ ਪਹੁੰਚਿਆ ਉਸ ਜਨੂੰਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਸਕਿਆ। ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਫਸਵਾਂ ਸੀ। ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ, ਵਿਕਟ ਟੂ ਵਿਕਟ ਬੋਲਿੰਗ ਹੋਣ ਲਈ ਸੀ ਅਰਸ਼ਦੀਪ ਦੀ। ਬਾਕੀ ਰੋਹਿਤ ਸ਼ਰਮਾ ਵੱਲੋਂ ਉਹਨੂੰ ਬਹੁਤ ਸਪੋਰਟ ਸੀ ਕਿ ਹਾਂ ਗੁੱਡ ਬੋਲਿੰਗ ਕਰਨ, ਤੇ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫੋਰਮੈਂਸ ਦਿੱਤੀ। ਸਾਨੂੰ ਮਾਣ ਆ, ਸਾਡੇ ਭਣੇਵੇਂ 'ਤੇ ਸਾਨੂੰ ਮਾਣ ਆ, ਗੁਰਦਾਸਪੁਰ ਨੂੰ, ਬਟਾਲੇ ਨੂੰ, ਪੰਜਾਬ ਨੂੰ, ਸਾਰੀ ਇੰਡੀਆ ਨੂੰ, ਕਿ ਸਾਰੀ ਦੁਨੀਆ ਨੂੰ ਹੀ ਅਰਸ਼ਦੀਪ 'ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫੋਰਮੈਂਸ ਕੀਤੀ। ਅਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲੋਇੰਗ ਆ ਜਾਂ ਜਿੰਨੇ ਵੀ ਉਹਦੇ ਸ਼ੁਭ ਚਿੰਤਕ ਆ, ਇਹ ਸਾਰਾ ਕੁਛ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਬਹੁਤ ਸਾਰੀਆਂ ਦੁਆਵਾਂ ਉਹਦੇ ਨਾਲ ਸੀ, ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ। ਬਹੁਤ ਮਿਹਨਤ ਕੀਤੀ ਹੈ ਬੱਚੇ ਨੇ, ਸਾਡੀਆਂ ਅੱਖਾਂ ਦੇ ਸਾਹਮਣੇ, ਸਾਡੇ ਹੱਥਾਂ ਵਿੱਚ ਸਭ ਕੁਛ ਇਹ ਨਿਕਲਿਆ ਵਾ, ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਜਿਸ ਮੁਕਾਮ ਤੇ ਪਹੁੰਚਿਆ ਵਾ।
ਕਾਮਯਾਬੀ ਦੇਖਣੀ, ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ, ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹ ਹੀ ਜਾਣ ਸਕਦੇ ਜਿਹੜੇ ਉਹਦੇ ਕਰੀਬੀ ਉਹਦੇ ਕੋਲ ਜਿਸ ਤਰ੍ਹਾਂ ਕਿ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਣ, ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ, ਸਿੰਘ ਇਜ਼ ਕਿੰਗ, ਸਰਦਾਰ ਹੈ ਤਾਂ ਅਸਰਦਾਰ ਹੈ, ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਕੇ ਰੱਖੀ।